ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਸਿੰਗਰ ਰਣਜੀਤ ਬਾਵਾ ਦੇ ਜਿਗਰੀ ਯਾਰ ਅਤੇ ਉਹਨਾਂ ਦੇ ਮੈਨੇਜਰ ਡਿਪਟੀ ਬੋਰਾ ਦਾ ਲੰਗੀ ਰਾਤ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਦਿਹਾਂਤ ਹੋ ਗਿਆ ਦੱਸਦੀ ਹੈ ਜਲੰਧਰ ਦੇ ਮਕਸੂਦਾ ਬਾਈਪਾਸ ਤੇ ਹੋਏ ਇਸ ਦਰਦਨਾਕ ਹਾਦਸੇ ਦੇ ਵਿੱਚ ਡਿਪਟੀ ਬੋਰਾ ਦੀ ਜਾਨ ਚਲੀ ਗਈ ਅਤੇ ਉੱਥੇ ਹੀ ਰਣਜੀਤ ਬਾਵਾ ਦੇ ਜਿਗਰੀ ਬਚਪਨ ਦੇ ਯਾਰ ਡਿਪਟੀ ਬੋਰਾ ਦੇ ਕਰਕੇ ਰਣਜੀਤ ਬਾਵਾ ਬੇहद ਦੁਖੀ ਨਜ਼ਰ ਆਏ ਅਤੇ ਜਿੱਥੇ ਉਹਨਾਂ ਨੇ ਡਿਪਟੀ ਬੋਰਾ ਦੀ ਅਰਥੀ ਨੂੰ ਮੋਢਾ ਦਿੱਤਾ ਉਥੇ ਆਪਣੇ ਹੰਝੂ ਵੀ ਨਾ ਰੋਕ ਸਕੇ ਅਤੇ ਪੁੱਬਾ ਮਾਰ ਮਾਰ ਕੇ ਰਣਜੀਤ 바ਵਾ ਡਿਪਟੀ ਬੋਰਾ ਦੀ ਮੌਤੇ ਰੋਏ ਅਤੇ ਉੱਥੇ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਇੱਕ ਭਾਵਕ ਪੋਸਟ ਪਾਈ ਕਿ ਅੱਜ ਉਹਨਾਂ ਦੇ ਜਿਗਰੀ ਯਾਰ ਡਿਪਟੀ ਬੋਰਾ ਦੀ ਮੌਤ ਹੋ ਗਈ ਜਿੱਥੇ ਕਿ ਉਹਨਾਂ ਦੀ ਸੱਜੀ ਵਾਹ ਭੱਜ ਗਈ ਹੈ ਕਿੱਥੋਂ ਲੱਭੂ ਜਿਹੜਾ ਇਮਾਨਦਾਰ ਅਤੇ ਜਿਗਰੀ ਯਾਰ ਦੱਸਦੀਏ ਕਿ ਰਣਜੀਤ 바ਵਾ ਅਤੇ ਡਿਪਟੀ ਬੋਰਾ ਰੰਜੀਤ ਬਾਬਾ ਦੇ ਸਟਰਗਲਿੰਗ ਟਾਈਮ ਤੋਂ ਵੀ ਪਹਿਲਾਂ ਦੇ ਜਿਗਰੀ ਯਾਰ ਹਨ ਜਿੱਥੇ ਰੰਜੀਤ ਬਾਬਾ ਦਾ ਮੈਨੇਜਰ ਡਿਪਟੀ ਬੋਰਾ ਜ਼ਿੰਮੇਵਾਰੀਆਂ ਹਰ ਇੱਕ ਤੰਦਈ ਦੇ ਨਾਲ ਨਿਭਾਉਂਦਾ ਸੀ ਉੱਥੇ ਦੋਵਾਂ ਦੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਵੀ ਸਨ ਦੱਸਦੀ ਹੈ ਕਿ ਹਾਦਸਾ ਕਾਫੀ ਜ਼ਿਆਦਾ ਦਰਦਨਾਕ ਸੀ ਜਿਸ ਦੀਆਂ ਗਵਾਹੀਆਂ ਸਾਹਮਣੇ ਆਈਆਂ ਤਸਵੀਰਾਂ ਭਰਦੀਆਂ ਹਨ ਅਤੇ ਇਸ ਮੌਕੇ ਢੁੰਡ ਦੇ ਕਾਰਨ ਅਨੇਕਾਂ ਅਜਿਹੀਆਂ ਕੀਮਤੀ ਜਾਨਾਂ ਅਜੇ ਹੀ ਜਾ ਰਹੀਆਂ ਹਨ ਇੱਥੇ ਹਰ ਇੱਕ ਨੂੰ ਰਿਕਵੈਸਟ ਕਰਨੀ ਚਾਹਾਂਗੇ ਕਿ ਜਿੱਥੇ ਤੱਕ ਹੋ ਸਕੇ ਅੱਜ ਦੇ ਸਮੇਂ ਦੇ ਵਿੱਚ ਹਾਦਸੇ ਨੂੰ ਰੋਕਣ ਦੇ ਲਈ ਸਫ਼ਰ ਨੂੰ ਮੁਲਤਵੀ ਕੀਤਾ ਜਾਵੇ ਕਿਉਂਕਿ ਧੁੰਦ ਦੇ ਕਾਰਨ ਬਹੁਤ ਜ਼ਿਆਦਾ ਹਾਦਸੇ ਹੋ ਰਹੇ ਹਨ ਅਤੇ ਅਜਿਹੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਜੋ ਕਿ ਆਪਣੇ ਪਰਿਵਾਰ ਦੇ ਲਈ ਹਰ ਇੱਕ ਇਨਸਾਨ ਕਾफी ਜ਼ਿਆਦਾ ਕੀਮਤੀ ਹੁੰਦਾ ਹੈ ਦੱਸ ਦਿਓ ਕਿ ਰਣਜੀਤ ਬਾਵਾ ਬੇਹਦ ਭਾਵੁਕ ਅਤੇ ਬੇहद ਇਮੋਸ਼ਨਲ ਨਜ਼ਰ ਆਏ ਡਿਫਟੀ ਬੋਰਾ ਦੇ ਇਸ ਮੌਕੇ ਤੇ ਉਹਨਾਂ ਨੇ ਮੋਢਾ ਵੀ ਅਰਥੀ ਨੂੰ ਦਿੱਤਾ ਅਤੇ ਰਣਜੀਤ 바ਵਾ ਦੀ ਭੈਣ ਅਤੇ ਉਹਨਾਂ ਦੀ ਮਾਤਾ ਵੀ ਇਸ ਮੌਕੇ ਉਹਨਾਂ ਦੇ ਨਾਲ ਸਨ ਰਣਜੀਤ 바ਵਾ ਦੇ ਮਾਤਾ ਤੇ ਉਹਨਾਂ ਦੇ ਭੈਣ ਦੇ ਵੀ ਹੰਝੂ ਨਹੀਂ ਰੁਕ ਰਹੇ ਸਨ ਸੋ ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਧੰਨਵਾਦ